लड़ना कोई शौक नहीं, लड़ना एक लोड़ है, लड़न तो भजना समझी थोड़ा है। उदो सिर्फ तिने काले कानून, बिजली एक्ट, पराली एक्ट, वो सी प्रधानमंत्री दी गोडियां लवा के आया। हुण जे उह सद के निबेड़ना तां वधिया चंगी गल है, असीं कल नूं उठ के जा भी सकदे हां, दुबारे मत के आवांगे। पंजाब दे मुख्यमंत्री दी सेंटर दे हत्थ च हुंदी है, इहदी डोर केजरीवाल दे हत्थ च है। मैं कहना जिवें इह जे बिजली दित्ती सानूं, साडा किसान खुश होए, जे सानूं 25,000 रुपया किला इह मुआवजा दे दिंदा, मेरा ख्याल है लोकां दे मनां च बह जांदा वधिया। ਕਿਹਾ ਸੀ ਨਾ ਵੀ ਮੈਂ ਬਿਨਾਂ ਕਰਦੌਰੀ ਦੇ ਪੈਸੇ ਦੇਊਂਗਾ, ਮੈਂ ਤਾਂ ਉਦੋਂ ਕਹਿੰਦਾ ਸੀ ਜ਼ਬਾਨੀ ਨਹੀਂ ਦਿੰਦਾ। ਗੱਲਾਂ ਕਹਿਣ ਦੀਆਂ ਹੁੰਦੀਆਂ ਨੇਗੀਆਂ। ਮੈਂ ਦੁਬਾਰਾ ਫਿਰ ਤੁਹਾਡੇ ਰਾਹੀਂ ਕਹਿਣਾ, ਇਹ ਮਤਲਬ ਕਿਸਾਨਾਂ ਨੂੰ, ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਮੰਨੇ, ਇਹਦੇ 92 MLA ਜਿੱਤੇ ਆਏ ਨੇ, ਇਹ ਇਹਨੂੰ ਬੇਨਤੀ ਕਰੋ। ਮੈਂ ਸਾਡੇ DC ਨੂੰ ਕਿਹਾ ਕਿੱਥੇ ਹੈ, ਕਹਿੰਦਾ ਅੱਗ ਵਜਾਉਂਦਾ ਫਿਰਦਾ। ਮੈਂ ਆਖਿਆ ਵੀ ਤਹਿਸੀਲਦਾਰ ਭੇਜਦੇ ਮੈਨੂੰ, ਲੋਕ ਘੇਰੀ ਬੈਠੇ ਨੇ ਰਿਸ਼ਤੀਆਂ ਕਰਨੀਆਂ ਕੱਲ੍ਹ ਨੂੰ। ਕਹਿੰਦਾ ਕੱਲ੍ਹ ਨੂੰ ਅੱਗ ਲੱਗਦੀ ਨਹੀਂ। ਮੈਂ ਕਿਹਾ ਲੱਗੂਗੀ, ਮੈਂ ਕਿਹਾ 60% ਅੱਗ ਲੱਗੂ, 40 ਦਾ ਇੰਤਜ਼ਾਮ ਆ, ਮੈਂ ਸਿੱਧਾ ਕਿਹਾ। ਗੁਰਦੂ ਸਿੰਘ ਮਾਨਸਾ ਜੀ ਨਾਲ ਜੁੜੇ ਹਾਂ, ਅਤੇ ਉਹਨਾਂ ਨੇ ਜਿਨ੍ਹਾਂ ਨੂੰ ਖੁੰਡਿਆਲੇ ਬਾਪੂ ਦੇ ਨਾਮ ਜਾਣਿਆ ਜਾਂਦਾ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੋਈ ਹੁਣ ਦੁਬਾਰਾ 3 ਦਿਨ ਦਾ ਧਰਨਾ ਉਲੀਕਿਆ ਗਿਆ, ਹੁਣ ਕੀ ਕਹਿਣਾ ਸਰਕਾਰਾਂ ਅੱਗੇ, ਕੀ ਕਰਨਗੀਆਂ ਹੁਣ? ਅੱਜ ਵਾਲੀ ਸਾਡੀ ਮੀਟਿੰਗ ਹੋਈ ਆ, ਮੀਟਿੰਗ ਦੇ ਵਿੱਚ ਸਾਨੂੰ ਗਵਰਨਰ ਦਾ ਸੁਨੇਹਾ ਮਿਲ ਗਿਆ, ਕੱਲ੍ਹ ਨੂੰ 11 ਵਜੇ ਗਵਰਨਰ ਮੀਟਿੰਗ ਹੋਊਗੀ। ਹਾਂ, ਇੱਕ ਜਥੇਬੰਦੀ ਦਾ ਇੱਕ ਲੀਡਰ ਜਾਊਗਾ, ਫਿਰ ਉਦੋਂ ਬਾਅਦ ਅਸੀਂ ਆਪਦੀ ਮੀਟਿੰਗ ਸੱਦਾਂਗੇ, ਉਹ 'ਚੋਂ ਫਿਰ ਇਹਦੇ ਬਾਰੇ ਕੀ ਸੋਚਣਾ। ਪਰ ਹਜੇ ਇਹ 3 ਦਿਨਾਂ ਲਈ ਹੈ, 3 ਦਿਨ ਹੀ ਧਰਨਾ ਰੱਖਾਂਗੇ, 3 ਦਿਨਾਂ ਤੋਂ ਬਾਅਦ ਮਤਲਬ ਰੱਖਾਂਗੇ। ਜੇ ਕੱਲ੍ਹ ਨੂੰ ਕੋਈ ਮੀਟਿੰਗ 'ਚ ਤਬਦੀਲੀ ਹੋ ਗਈ, ਉਹ ਲੈ ਦੀ ਹੈ। ਅਤੇ ਕੀ ਲੱਗਦਾ ਵੀ ਕੋਈ ਉਮੀਦ ਹੈਗੀ ਆ ਵੀ ਕੱਲ੍ਹ ਨੂੰ ਕੋਈ ਤਬਦੀਲੀ ਹੋ ਸਕਦੀ ਹੈ? ਇੱਕ ਉਮੀਦ ਤਾਂ ਪੂਰੀ ਹੋਊਗੀ ਜੇ ਗਵਰਨਰ ਸਾਡਾ ਮੰਗ ਪੱਤਰ ਲੈ ਲੈਂਦਾ, ਸਰਕ ਸੈਂਟਰ ਸਰਕਾਰ ਤੱਕ ਸਾਡੀਆਂ ਮੰਗਾਂ ਵਗ ਜਾਣਗੀਆਂ, ਠੀਕ ਹੈ। ਦੂਜਾ, ਪੰਜਾਬ ਦਾ ਮੁੱਖ ਮੰਤਰੀ ਹੈ, ਉਹਦੇ ਹੈਗਾ ਉਮੀਦ ਰੱਖਦੇ ਹਾਂ ਵੀ ਸਾਦਾ ਕਿ ਨਹੀਂ ਸਾਦਾ, ਉਹ ਕਹਾਣੀ ਗੱਲ ਹੈ। ਕਿ ਪਹਿਲਾਂ ਵੀ ਆਪਾਂ ਦਿੱਲੀ ਦੇ ਦਰੂਹਾਂ ਦੇ ਉੱਤੇ ਕਾਫੀ ਟਾਈਮ ਬੈਠ ਕੇ ਆਏ ਹਾਂ, ਇਹੀ ਮਸਲੇ ਸੀਗੇ ਉੱਥੇ ਵੀ, MSP ਦਾ ਰੌਲਾ ਅਤੇ ਸਾਰਾ ਕੁਛ ਇਹੀ ਸੀਗਾ, ਹੈ ਨਾ? ਉਹੀ ਉਹਨਾਂ ਨੇ ਦੁਬਾਰਾ ਉਲੀਕ ਕੇ ਧਰਨਾ ਤਾਂ ਚੁਕਾਤਾ ਸੀਗਾ ਵੀ ਪਹਿਲਾਂ ਹਾਂ ਕਰਤੀ ਸੀ ਵੀ ਚਲੋ ਮੰਗਾਂ ਮੰਨ ਲਾਂਗੇ, ਪਰ ਉਹੀ ਫਿਰ ਆਪਾਂ ਮੁੱਦੇ ਲੈ ਕੇ ਦੁਬਾਰਾ ਧਰਨਾ ਲਾਇਆ, ਹੁਣ ਕੀ ਕਹਿਣਾ ਸਰਕਾਰ ਦੁਬਾਰਾ ਉਹ ਕਰੂਗੀ? ਨਹੀਂ ਨਹੀਂ, ਉਹ ਮੁੱਦੇ ਇਹ ਨਹੀਂ ਹੈਗੇ ਸੀਗੇ। ਉਦੋਂ ਸਿਰਫ 3 ਕਾਲੇ ਕਾਨੂੰਨ, ਬਿਜਲੀ ਐਕਟ, ਪਰਾਲੀ ਐਕਟ, ਉਹ ਸੀ ਪ੍ਰਧਾਨ ਮੰਤਰੀ ਦੀਆਂ ਗੋਡੀਆਂ ਲਵਾ ਕੇ ਆਇਆ, ਉਹ ਸਾਡੀਆਂ 3-4 ਮੰਗਾਂ ਮੰਨਦੀਆਂ, ਉਹ ਮੰਗਾਂ ਤਾਂ ਦੁਬਾਰੇ ਆ ਗਈਆਂ। ਜੇ ਦੁਬਾਰੇ ਮੰਗਾਂ ਆ ਜਾਣ, ਮਤਲਬ ਜਿਹੜੀਆਂ ਨਵੀਆਂ ਮੰਗਾਂ ਆ ਜਾਣ, ਜੇ ਅਸੀਂ ਉਹ 'ਤੇ ਲੜਾਂਗੇ, ਫਿਰ ਉਹ ਮੂਰਖਤਾ ਹੀ ਹੁੰਦੀ ਹੈ। ਉਹ ਮੰਨ ਕੇ ਹੁਣ ਅਸੀਂ ਅੱਜ ਗਵਰਨਰ ਨੂੰ ਮੰਗ ਪੱਤਰ ਦੇਣ ਆਇਆ, ਉਹ ਸਾਡਾ ਮੰਗ ਪੱਤਰ ਵੀ ਲੈ ਲਏ, ਅਸੀਂ ਫਿਰ ਵੀ ਇਹਦੇ ਵਿੱਚ ਟੱਕਰ ਮਾਰੀਏ ਵੀ ਇੱਥੇ ਗਵਰਨਰ ਕੋਲ ਜਾਵਾਂਗੇ, ਇਹ ਮੂਰਖਤਾ ਹੀ, ਹੋਰ ਕੀ ਹੋਊਗਾ? ਮੇਰੀ ਗੱਲ ਸਮਝ ਗਏ? ਹੁਣ ਇਕੱਲਾ ਥੋੜ੍ਹਾ ਜਿਹਾ ਰਹਿ ਗਿਆ ਮੁੱਖ ਮੰਤਰੀ ਨਾਲ, ਜਿਹੜੀਆਂ ਕੱਲ੍ਹ ਪ੍ਰਸ਼ਾਸਨ ਨੂੰ ਆਪਾਂ 7 ਮੰਗਾਂ ਦਿੱਤੀਆਂ, ਉਹ ਸਾਨੂੰ ਸੱਦਦਾ, ਮੰਨਦਾ, ਕੀ ਕਰਦਾ, ਉਹ ਰਹਿ ਗਿਆ ਇਕੱਲਾ। ਹੁਣ ਜੇ ਉਹ ਸੱਦ ਕੇ ਨਿਬੇੜਦਾ ਤਾਂ ਵਧੀਆ ਚੰਗੀ ਗੱਲ ਹੈ, ਅਸੀਂ ਕੱਲ੍ਹ ਨੂੰ ਉੱਠ ਕੇ ਜਾ ਵੀ ਸਕਦੇ ਹਾਂ, ਦੁਬਾਰੇ ਮੱਥ ਕੇ ਆਵਾਂਗੇ, ਕਿਉਂ ਇਹ ਸਾਡਾ ਸੈਂਟਰ ਪੱਧਰ ਦਾ ਪ੍ਰੋਗਰਾਮ ਸੀ, ਸੰਯੁਕਤ ਕਿਸਾਨ ਮੋਰਚਾ ਜਿਹੜਾ ਸੈਂਟਰ ਦਾ ਹੈ, ਉਹਨੇ ਪ੍ਰੋਗਰਾਮ ਦਿੱਤਾ 3 ਦਾ, 3 ਵਰ੍ਹੇਗੰਢ ਮਨਾਉਣੀ ਅਤੇ ਆਪਦੀਆਂ ਮੰਗਾਂ ਮਨਾਉਣੀਆਂ, ਇਹ ਸਾਡਾ 3 ਦਿਨਾਂ ਦਾ, ਅਸੀਂ 3 ਦਿਨ ਵਾਪਸ ਵੀ ਜਾ ਸਕਦੇ ਹਾਂ, ਦੁਬਾਰੇ ਫਿਰ ਮੱਥ ਲਾਂਗੇ ਪੰਜਾਬ ਵਾਲੀਆਂ ਜਥੇਬੰਦੀਆਂ ਵੀ ਮੁੱਖ ਮੰਤਰੀ ਦੇ ਖਿਲਾਫ ਆਵਾਂਗੇ, ਫਿਰ ਡਟ ਕੇ ਦੁਬਾਰੇ ਫਿਰ ਆ ਜਾਂਗੇ, ਫਿਰ ਸਾਨੂੰ ਕੀ ਫਰਕ ਪੈਂਦਾ? ਹੁਣ ਭਗਵੰਤ ਮਾਨ ਦਾ ਕੀ ਕਹਿਣਾ, ਤੁਸੀਂ ਭਗਵੰਤ ਮਾਨ ਨੂੰ ਕਿਵੇਂ ਉਡੀਕਦੇ ਹੋ ਵੀ ਉਹ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਉਡੀਕਦਾ, ਉਹਦਾ ਕੀ ਰਵੱਈਆ ਕਿਸਾਨਾਂ ਦੇ ਨਾਲ? ਹਮੇਸ਼ਾ ਵਾਸਤੇ ਬਾਂਗਡੋਰ ਪੰਜਾਬ ਦੇ ਮੁੱਖ ਮੰਤਰੀ ਦੀ ਸੈਂਟਰ ਦੇ ਹੱਥ 'ਚ ਹੁੰਦੀ ਹੈ, ਇਹਦੀ ਡੋਰ ਕੇਜਰੀਵਾਲ ਦੇ ਹੱਥ 'ਚ ਹੈ, ਜਿਵੇਂ ਕੇਜਰੀਵਾਲ ਹਿਲਾਉਂਦਾ ਇਹ ਮੁਜ਼ੁਕਰ ਚੱਲਦਾ, ਜੇ ਤਾਂ ਥੋੜ੍ਹਾ ਜਿਹਾ ਬਾਗੀ ਹੋ ਜੇ ਤਾਂ ਫਿਰ ਇਹ ਆਪ ਇਹ ਕਰ ਸਕਦਾ, ਮੇਰਾ ਕਹਿਣ ਦਾ ਮਤਲਬ ਉੱਤੋਂ ਥੋੜ੍ਹਾ ਜਿਹਾ ਇਹਨੂੰ ਦਵਾਏਗਾ। ਮੈਂ ਕਹਿੰਦਾ ਜਿਵੇਂ ਇਹ ਜੇ ਬਿਜਲੀ ਦਿੱਤੀ ਸਾਨੂੰ, ਸਾਡਾ ਕਿਸਾਨ ਖੁਸ਼ ਹੋਏ, ਜੇ ਸਾਨੂੰ 25,000 ਰੁਪਇਆ ਕਿੱਲਾ ਇਹ ਮੁਆਵਜ਼ਾ ਦੇ ਦਿੰਦਾ, ਮੇਰਾ ਖਿਆਲ ਹੈ ਲੋਕਾਂ ਦੇ ਮਨਾਂ 'ਚ ਬਹਿ ਜਾਂਦਾ ਵਧੀਆ, ਕਿ ਅਸੀਂ ਕਿੰਨੇ ਕੁਛ ਕਹੀ ਜਾਂਦੇ ਲੋਕਾਂ ਦੀ ਵਧੀਆ, ਪਰ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਲੋਕ ਇਸ ਗੱਲ ਤੋਂ ਦੁਖੀ ਨੇ, ਕਿ ਜਿਵੇਂ ਹੁਣ ਪਿੱਛੇ ਵੀ ਹੜਾ ਕੇ ਹਟੇ ਨੇ, ਹੜਾਂ ਦੇ ਉਹਨਾਂ ਦੇ ਹੜਾਂ ਦੇ ਬਿਆਨ ਵੀ ਇਹੀ ਸੀਗੇ ਵੀ ਸਾਰਾ ਬੱਕਰੀਆਂ ਦਾ ਵੀ, ਮੁਰਗੀਆਂ ਦੇ ਫਾਰਮਾਂ ਦਾ ਵੀ ਸਾਰਾ ਅਸੀਂ ਮੁਆਵਜ਼ਾ ਦੇਵਾਂਗੇ, ਵੀ ਪਰਾਲੀ ਝੋਨੇ ਦਾ ਤਾਂ ਦੇਵਾਂਗੇ, ਮੁਰਗੀਆਂ ਦੇ ਫਾਰਮਾਂ ਦਾ ਵੀ, ਬੱਕਰੀਆਂ ਦਾ ਵੀ, ਡੰਗਰ ਮਰੇ ਨੇ ਉਹਨਾਂ ਦਾ ਵੀ ਮੁਆਵਜ਼ਾ ਦੇਵਾਂਗੇ, ਉਹਨਾਂ ਦੇ ਬਾਰੇ ਕੀ? ਇਹ ਤਾਂ ਹੁਣ ਜਿੱਦੇ ਕਿਹਾ ਸੀ ਨਾ ਵੀ ਮੈਂ ਬਿਨਾਂ ਗੁਰਦੌਰੀ ਦੇ ਪੈਸੇ ਦੇਊਂਗਾ, ਮੈਂ ਤਾਂ ਉਦੋਂ ਕਹਿੰਦਾ ਵੀ ਜ਼ਬਾਨੀ ਨਹੀਂ ਦਿੰਦਾ।
मेरी गल समझ गए ना समझ गए, फिर इन्हें कहता मुर्गी दे भी देऊंगा, मैं मैं भी नहीं दिता तो उही हुई है। ठीक है ना गल, ना मतलब बिना गदौरी तो पैसे मिले ने, ना मुर्गी दे मिले ने, ना मैं दे मिले ने, ये गल् कहण दियां होंदियां नेगियां। मैं दोबारा फिर थोड़े राही कहना ये मतलब किसानों पंजाब के किसानों दी मंगा मन्ने, ये 92 MLA जिते आए ने, ये इन्हें बेनती कर कि सरकार बनने तो पहले इन्हों का कहना सीगा भी पंजाब दे विचों सारे धरने चुका देंगे, भी कोई धरना नहीं लगिया करूगा, कोई बेरोजगार नहीं रहूगा, ये साड़ी सरकार आ लैन दो। लड़ना कोई शौक नहीं, लड़ना एक लोड़ है, लड़न तो भजना समझदी थोड़ है, हुण कोई साडा शौक थोड़ा ही है, साडी लोड़ आ, जिहनूं छड के भजांगे फिर साडी समझदी थोड़ है। मेरी गल समझ गया, भी सानूं समझ नहीं हैगी। मेरा कहण दा मतलब वोटां तों पहलां लोक बथेरे वायदे करदे ने, बथेरा कुछ कहिंदे ने, मगरों फिर आपदा सब कुछ बदल ही जांदे ने। जेकर हुण परालियां नूं लैके भी बहुत ही मुद्दा उठा है, कहिंदे सीगे 2500 रुपए पर एकड़ दे दांगे, पर परालियां लैके भी धरने लग रहे ने क्योंकि एकड़ मिल नहीं रहा। ये कुछ करी जाना, मैं साडे DC नूं कहा कित्थे है, कहिंदा अग बजाउंदा फिरदा। मैं आख्या भी तहसीलदार भेज दे, मैनूं लोक घेरी बैठे ने रिश्तियां करनियां कल नूं, कहिंदा कल नूं अग लगदी नहीं। मैं कहा लगूगी, मैं कहा 60% अग लगू, 40 दा इंतजाम। मैं सीधा कहा ऐतकी भी 40 ਨੂੰ ਇਹਨਾਂ ਨੇ ਇੰਤਜ਼ਾਮ ਕਰਿਆ, 60 ਨੂੰ ਸੀ ਅੱਗ ਲਾਈ ਹੈ, ਇਹਨਾਂ ਨੇ ਸਾਡੇ ਤੇ ਪਰਚੇ ਦਰਜ ਕਰੇ ਨੇ, ਉਹ ਸਾਡੀ ਮੰਗ ਹੈ ਪਰਚੇ ਵਾਪਸ ਲਓ। ਗੱਲ ਆ ਗਈ ਹੁਣ ਗੰਨੇ ਨੂੰ ਲੈ ਕੇ ਵੀ ਕਾਫੀ ਧਰਨੇ ਲੱਗ ਰਹੇ ਨੇ, ਗੰਨੇ ਰੇਟ ਵਧਾਏ ਜਾਣ, ਗੰਨੇ ਦਾ ਇਹਨੇ 28 ਤਰੀਕ ਕਰੀ ਹੋਈ ਹੈ, ਸਾਨੂੰ 28 ਤਰੀਕ ਨੂੰ ਦਿੰਦਾ ਹੈ ਭਾਅ ਦਿੰਦਾ ਹੈ ਕਿ ਜਾਂ ਕਿ ਨਹੀਂ ਦਿੰਦਾ, ਇਹ 28 ਤਰੀਕ ਤੱਕ ਸੋਚਦਾ, ਕੱਲ੍ਹ ਵਾਲੀ ਮੀਟਿੰਗ 'ਚ ਪਤਾ ਲੱਗੂ ਜਿਹੜੀ ਕਰਨ ਤੋਂ ਬਾਅਦ। ਹੁਣ ਕੀ ਲੱਗਦਾ ਵੀ 3 ਦਿਨਾਂ ਦੇ ਹੀ ਧਰਨੇ 'ਤੇ ਇਹ ਕੱਲ੍ਹ ਵਾਲੀ ਮੀਟਿੰਗ ਖਤਮ ਹੋਊਗੀ ਜਾਂ ਫਿਰ ਧਰਨਾ ਕਿਵੇਂ? ਨਹੀਂ ਨਹੀਂ ਮੈਂ ਤੁਹਾਨੂੰ ਕਹਤਾ ਕਰਨ ਤੋਂ ਬਾਅਦ ਮੀਟਿੰਗ ਹੋਊਗੀ, ਉਦੋਂ ਬਾਅਦ ਕੀ ਫੈਸਲਾ ਹੁੰਦਾ ਕੱਲ੍ਹ ਨੂੰ ਦੱਸਾਂਗੇ।